ਅਸੀਂ ਤਿੰਨ ਬੰਦੇ ਰਾਊਂਡ ਅਪ ਕੀਤੇ ਆ ਜਿਹਨੇ ਵੱਖ ਵੱਖ ਜਗ੍ਹਾ ਤੋਂ ਸੋਨੇ ਦੀਆਂ ਬਾਲੀਆਂ ਸਨੈਚ ਕੀਤੀਆਂ ਸੀਗੀਆਂ। ਟੋਟਲ ਤਿੰਨ ਬੰਦੇ ਦਾ ਸਨੈਚਰ ਸੀਗੇ, ਦੋ ਜਿਹੜੇ ਸੋਨੇ ਦੀਆਂ ਬਾਲੀਆਂ ਖਰੀਦਦੇ ਸੀਗੇ ਸੁਨਿਆਰੇ ਜਿਹੜੇ ਸੀਗੇ ਚਨੋਲ, ਕੋਈ ਉਹਨਾਂ 'ਤੇ ਵੀ ਕੇਸ। ਇਹ ਲੋਕਲ ਮੁੰਡੇ ਇੱਥੋਂ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਆ, ਇੱਕ ਤਾਂ ਬੋਨ ਦਾ ਰਹਿਣ ਵਾਲਾ ਆ, ਇੱਕ ਹੈਗਾ ਇਹ ਬੂਥਗੜ੍ਹ ਦਾ। ਦੋ ਵਾਰ ਦਾ ਤਾਂ ਸਨੈਚਿੰਗ ਦੀਆਂ ਮੰਨੀਆਂ ਹੈ, ਇੱਕ ਚੋਰੀ ਦਾ ਮੋਟਰਸਾਈਕਲ ਲੈਣਾ ਤੋਂ ਰਿਕਵਰ ਹੋਇਆ, ਉਹ ਵੀ ਆਲਰੇਡੀ ਪਰਚਾ ਦਰਜ ਹੈਗਾ ਉਹ 'ਚ ਵੀ। ਹੁਣ ਤੱਕ ਰਿਕਵਰ ਕੀ ਕੀ ਹੋਇਆ? ਹੁਣ ਤੱਕ 5 ਬਾਲੀਆਂ ਆ ਅਤੇ ਨਾਰਕੋਟਿਕਸ ਪਾਊਡਰ ਆ ਇਹਨਾਂ ਕੋਲ ਰਿਕਵਰ ਹੋਇਆ। ਮਾਨਯੋਗ ਐਸ ਐਸ ਪੀ ਗੌਰਵ ਗਰਗ ਜੀ ਦੀਆਂ ਹਦਾਇਤਾਂ 'ਤੇ ਸਾਡੇ ਸ਼ਹਿਰ 'ਚ ਕੁਛ ਸਨੈਚਿੰਗ ਹੋਈਆਂ ਸੀ, ਉਹ ਡੀ ਐਸ ਪੀ ਸਿਟੀ ਜਗਦੀਸ਼ ਰਾਜ ਜੱਤਰੀ ਜੀ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀਗੀ, ਉਹਦੇ ਸੰਬੰਧ 'ਚ ਪੁਲਿਸ ਨੂੰ ਸਫਲਤਾ ਮਿਲੀ ਆ ਹੁਸ਼ਿਆਰਪੁਰ ਪੁਲਿਸ ਨੂੰ। ਉਹ 'ਚ ਅਸੀਂ ਤਿੰਨ ਬੰਦੇ ਰਾਊਂਡ ਅਪ ਕੀਤੇ ਆ ਜਿਹਨੇ ਵੱਖ ਵੱਖ ਜਗ੍ਹਾ ਤੋਂ ਸੋਨੇ ਦੀਆਂ ਬਾਲੀਆਂ ਸਨੈਚ ਕੀਤੀਆਂ ਸੀਗੀਆਂ। ਅਤੇ ਇਹ 'ਚ ਮੁੱਖ ਗੱਲ ਇਹ ਆ ਵੀ ਇਹ ਜਿਹੜੀਆਂ ਸੋਨੇ ਦੀਆਂ ਬਾਲੀਆਂ ਸਨੈਚ ਹੋਈਆਂ ਸੀ, ਪਲੱਸ ਜਿਹੜੇ 'ਚ ਸੁਨਿਆਰੇ ਇਨਵੋਲਵ ਸੀਗੇ ਜਿਹੜੇ ਇਹ ਸਮਾਨ ਲੈਂਦੇ ਸੀਗੇ, ਉਹਨਾਂ 'ਤੇ ਵੀ ਦੋ ਬੰਦਿਆਂ 'ਤੇ ਕੇਸ ਰਜਿਸਟਰਡ ਹੋਇਆ ਆ, ਉਹ ਵੀ ਸਾਡੇ ਕੋਲ ਹੈਗੇ ਨੇ। ਅਤੇ ਇਹ ਹੁਸ਼ਿਆਰਪੁਰ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਹੈ ਵਾਰਦਾਤ ਤੱਕ। ਸਰ ਇਹਨਾਂ 'ਤੇ ਪਹਿਲਾਂ ਕੋਈ ਮੁਕੱਦਮਾ ਹੈਗਾ ਇਹਨਾਂ 'ਚ? ਪਹਿਲਾਂ ਵੀ ਇਹ 'ਤੇ ਮੁਕੱਦਮੇ ਹੈਗੇ ਇੱਕ ਲੜਕੇ 'ਤੇ, ਉਹ ਹੁਣੇ ਰੀਸੈਂਟਲੀ ਪਿਛਲੇ ਮਹੀਨੇ ਦੀ 12 ਤਰੀਕ ਨੂੰ ਬੇਲ ਆਊਟ ਹੋਇਆ ਸੀਗਾ। ਇਹ ਰਿਪੀਟਰ ਹੈਗਾ ਲੜਕਾ, ਬਾਰ ਬਾਰ ਵਾਰਦਾਤਾਂ ਕਰਦਾ, ਉਹ ਦੁਬਾਰਾ ਜਿਹੜੇ ਪਿੱਛੇ ਦੇ ਜਵੈਲਰ ਦੇ ਜਿਹੜੀ ਹੋਈ ਆ ਉਹਨਾਂ ਦਾ ਵੀ ਵਾਰਦਾਤ ਨਾਲ ਇਹਨਾਂ ਨੂੰ ਕੋਈ ਲੈਣਾ ਦੇਣਾ ਹੈਗਾ? ਨਹੀਂ, ਹਾਲ ਦੀ ਘੜੀ ਇਨਵੈਸਟੀਗੇਸ਼ਨ 'ਚ ਦੇਖਦੇ ਹਾਂ ਉਹਨਾਂ ਨਾਲ ਕੋਈ ਲਿੰਕਅਪ ਇਹਨਾਂ ਦਾ ਹੁੰਦਾ ਕਿ ਨਹੀਂ ਹੁੰਦਾ। ਇਹ ਕਿੱਥੇ ਦੇ ਰਹਿਣ ਵਾਲੇ ਨੇ? ਇਹ ਲੋਕਲ ਮੁੰਡੇ ਇੱਥੋਂ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਆ, ਇੱਕ ਤਾਂ ਬੋਨ ਦਾ ਰਹਿਣ ਵਾਲਾ ਆ, ਇੱਕ ਹੈਗਾ ਇਹ ਬੂਥਗੜ੍ਹ ਦਾ। ਸਰ ਹੁਣ ਤੱਕ ਕਿੰਨੀ ਕਿਉਂ ਵਾਰਦਾਤਾਂ ਨੇ ਮੰਨੀਆਂ ਜਾ ਰਹੀਆਂ? ਹਾਲੇ ਪ੍ਰੀਲਿਮਿਨਰੀ ਸਟੇਜ 'ਤੇ ਫਸਟ ਇਨਵੈਸਟੀਗੇਸ਼ਨ 'ਤੇ ਨਹੀਂ, ਦੋ ਵਾਰਦਾਤਾਂ ਸਨੈਚਿੰਗ ਦੀਆਂ ਮੰਨੀਆਂ ਹੈ, ਅਤੇ ਇੱਕ ਚੋਰੀ ਦਾ ਮੋਟਰਸਾਈਕਲ ਲੈਣਾ ਤੋਂ ਰਿਕਵਰ ਹੋਇਆ, ਉਹ ਵੀ ਆਲਰੇਡੀ ਪਰਚਾ ਦਰਜ ਹੈਗਾ ਉਹ 'ਚ ਵੀ। ਹੁਣ ਤੱਕ ਰਿਕਵਰ ਕੀ ਕੀ ਹੋਇਆ? ਹੁਣ ਤੱਕ 5 ਬਾਲੀਆਂ ਆ ਅਤੇ ਨਾਰਕੋਟਿਕਸ ਪਾਊਡਰ ਆ ਇਹਨਾਂ ਕੋਲ ਰਿਕਵਰ ਹੋਇਆ, ਚੋਰੀ ਦਾ ਮੋਟਰਸਾਈਕਲ ਰਿਕਵਰ ਹੋਇਆ ਇਹਨਾਂ। ਕਿੰਨੇ ਬੰਦੇ ਸੁਨਿਆਰੇ ਦੀ ਗੱਲ ਕਰ ਰਹੇ ਹੋ, ਉਹ ਕੌਣ ਕੌਣ ਹੈ? ਉਹ ਦੋ ਨੇ ਹੈਗੇ ਜੀ, ਇੱਕ ਤਾਂ ਵਿਪਨ ਕੁਮਾਰ ਆ ਅਤੇ ਇੱਕ ਗੌਰਵ ਚੱਡਾ ਆ, ਇਹ ਦੋਵੇਂ ਚੱਬਿਆਂ ਦੇ ਰਹਿਣ ਵਾਲੇ ਆ। ਰਾਊਂਡ ਅਪ ਕਰ ਲਿਆ ਸਰ? ਉਹ ਵੀ ਰਾਊਂਡ ਅਪ ਕਰ ਲਿਆ। ਟੋਟਲ ਕਿੰਨੇ ਬੰਦੇ ਹੈਗੇ? ਟੋਟਲ 3 ਬੰਦੇ ਦਾ ਸਨੈਚਰ ਸੀਗੇ, ਦੋ ਜਿਹੜੇ ਸੋਨੇ ਦੀਆਂ ਬਾਲੀਆਂ ਖਰੀਦਦੇ ਸੀਗੇ ਸੁਨਿਆਰੇ ਜਿਹੜੇ ਸੀਗੇ ਚਨੋਲ, ਕੋਈ ਉਹਨਾਂ 'ਤੇ ਵੀ ਕੇਸ ਹੋਰ ਵੀ ਇਹਨਾਂ ਤੋਂ ਪੁੱਛੇ ਦੌਰਾਨ ਸਾਹਮਣੇ ਆਉਂਦੇ? ਹਾਲੇ ਪ੍ਰੀਲਿਮਿਨਰੀ ਸਟੇਜ 'ਤੇ ਤਾਂ ਇੰਨੀਆਂ ਵਾਰਦਾਤਾਂ ਹੈਗੀਆਂ, ਬਾਕੀ ਇਹਨਾਂ ਤੋਂ ਹੋਰ ਪੁੱਛਗਿੱਛ ਕਰਕੇ ਫਿਰ ਤੁਹਾਨੂੰ ਅਪਡੇਟ ਦੇਵਾਂ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਦਾ ਸਾਰੀ ਦੁਨੀਆ ਲਈ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।